गर्मी तो राहत मिली है। मौसम विभाग के वालों बारिश का अलर्ट जारी किया गया है। 20 अप्रैल तक मीह पैण की संभावना दसी जा रही है। बीते कल पंजाब दे विच कई थाई हल्की बारिश हुई। बारिश के अलर्ट कारण किसान परेशान ने। मंडियां दे विच पई हुई फसल खराब हो रही है। हालांकि कई थाई किसानों ने वाटी नहीं सी कीती। खेतों दे विच पई हुई फसल भी खराब हो रही है। हुण मौसम है जिहड़ा थोड़ा चेंज होया। कई थावां ते बारिश हुई है, कुछ थावां ते हल्की ते कुछ थावां ते जिहड़ी है तेज बारिश हुई है। बीते कल पंजाब हरियाणा दे विच टैंपरेचर 43 डिग्री तक चला गया सी, पर शाम नूं जिवें ही तेज़ हवावां चलियां कई थावां ते बारिश होई ते 4 डिग्री तक टैंपरेचर डिग गया सी ते हल्की राहत गर्मी तो महसूस की गई सी। 20 अप्रैल तक बारिश की संभावना प्रगटाई जा रही है। माझा, मालवा, दुआबा तिन्ना ही खेतरां दे विच गर्मी तो कुछ राहत मिली है। लगातार तपा देने वाली गर्मी सी, हुण मूसलाधार बारिश हुई तो गर्मी तो राहत मिली है, पर किसानां दे साह सुते गए ने क्योंकि मंडियां दे विच फसल पई है। ਬਠਿੰਡਾ ਤੋਂ ਸਾਡੇ ਸਹਿਯੋਗੀ ਗੌਤਮ ਕੁਮਾਰ ਤੇ ਸ਼ਿਮਲਾ ਤੋਂ ਰੇਸ਼ਮਾ ਕਸ਼ਯਪ ਤੇ ਮੋਹਾਲੀ ਤੋਂ ਸਤਿੰਦਰਪਾਲ ਸਿੰਘ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ। ਗੱਲਬਾਤ ਕਰਦੇ ਹਾਂ, ਸਭ ਤੋਂ ਪਹਿਲਾਂ ਗੱਲ ਬਠਿੰਡਾ ਦੀ ਕਰਾਂਗੇ। ਗੌਤਮ, ਇਸ ਵਕਤ ਬਠਿੰਡਾ ਦੇ ਵਿੱਚ ਟੈਂਪਰੇਚਰ ਕਿੰਨਾ ਕੁ ਹੈ ਤੇ ਕੀ ਬਠਿੰਡਾ ਦੇ ਵਿੱਚ ਵੀ ਬਾਰਿਸ਼ ਹੋਈ, ਕਿਸਾਨਾਂ ਦੀਆਂ ਕੀ ਸਮੱਸਿਆਵਾਂ ਨੇ? ਜਸਮੀਤ, ਬਠਿੰਡਾ ਦੇ ਵਿੱਚ ਵੀ ਹਲਕੀ ਤੋਂ ਦਰਮਿਆਨੀ ਬਰਸਾਤ ਦੇਰ ਰਾਤ ਜੋ ਹੈ ਵੇਖੀ ਗਈ ਹੈ, ਕਿਉਂਕਿ ਇਸ ਦਾ ਅੰਦੇਸ਼ਾ ਜੋ ਹੈ ਉਹ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਮੌਸਮ ਵਿਭਾਗ ਦੇ ਵੱਲੋਂ ਕਿ ਬਠਿੰਡਾ ਅਤੇ ਇਸ ਦੇ ਨੇੜਲੇ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਹੋ ਸਕਦੀ ਹੈ, ਸੋ ਉਸ ਦਾ ਧਿਆਨ ਰੱਖਿਆ ਜਾਵੇ। ਤਾਂ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਲੋਕਾਂ ਨੂੰ ਇਸ ਦੇ ਨਾਲ ਆਫਤ ਆਈ ਹੈ, ਤੇ ਸਭ ਤੋਂ ਵੱਡੀ ਆਫਤ ਜੋ ਹੈ ਉਹ ਕਿਸਾਨਾਂ ਦੇ ਲਈ ਬਣੀ ਹੈ, ਕਿਉਂਕਿ ਇਹ ਜਿਹੜਾ ਬੇਮੌਸਮੀ ਬਰਸਾਤ ਹੈ ਇਸ ਕਿਸਾਨਾਂ ਨੇ ਆਪਣੀ ਕਣਕ ਨੂੰ ਮੰਡੀਆਂ ਦੇ ਵਿੱਚ ਲੈ ਕੇ ਆਉਣਾ ਹੁੰਦਾ, ਜਾਂ ਫਿਰ ਕਣਕ ਵੱਢਣੀ ਹੁੰਦੀ ਹੈ, ਜਾਂ ਫਿਰ ਜਿਹੜੀਆਂ ਪਛੇਤੀ ਕਣਕਾਂ ਨੇ ਉਹਨਾਂ ਨੂੰ ਬਚਾਉਣਾ ਹੁੰਦਾ ਹੈਗਾ। ਤਾਂ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਨੁਕਸਾਨ ਜੋ ਹੈ ਉਹ ਇਸ ਬੇਮੌਸਮੀ ਬਰਸਾਤ ਨੇ ਥੋੜ੍ਹਾ ਬਹੁਤ ਕੀਤਾ। ਹਾਲਾਂਕਿ ਇਹ ਬਰਸਾਤ ਦਾ ਸਮਾਂ ਜੋ ਸੀ ਦੇਰ ਰਾਤ 12 ਵਜੇ ਤੋਂ ਲੈ ਕੇ 12:20 ਤੱਕ ਇਹ ਬਰਸਾਤ ਜਾਰੀ ਰਹੀ। ਦਰਮਿਆਨੀ ਬਰਸਾਤ ਸੀ, 9 mm ਦੇ ਕਰੀਬ ਬਰਸਾਤ ਸੀ, ਪਰ ਲੇਕਿਨ ਇਸ ਤੋਂ ਕਾਫੀ ਬਚਾਅ ਵੀ ਰਿਹਾ। ਪਰ ਇਸ ਬਰਸਾਤ ਨੇ ਨੁਕਸਾਨ ਜੋ ਹੈ ਉਹ ਕਣਕਾਂ ਦਾ ਘੱਟ, ਪਰ ਜਿਹੜੇ ਜਿਹੜੇ ਬੇਜ਼ੁਮਾਨ ਨੇ ਪੰਛੀ ਨੇ ਉਹਨਾਂ ਦਾ ਨੁਕਸਾਨ ਕਾਫੀ ਹੋਇਆ, ਕਿਉਂਕਿ ਜਿਹੜਾ ਇਹ ਝੱਖੜ ਸੀ ਹਨੇਰੀ ਸੀ, ਇਸਦੇ ਕਰਕੇ ਜਿਹੜੇ ਦਰਖਤਾਂ ਤੇ ਜਿਹੜੇ ਆਲਣੇ ਸੀ ਉਹ ਥੱਲੇ ਡਿੱਗੇ, ਦਰਖਤ ਡਿੱਗੇ। ਤੇ ਗਨੀਮਤ ਰਹੀ ਕਿ ਇਸ ਗੱਲ ਨੂੰ ਕਿ ਇਹ ਝੱਖੜ ਜੋ ਸੀ, ਤੂਫਾਨ ਜੋ ਸੀ, ਇਹ ਦੇਰ ਰਾਤ ਨੂੰ ਆਇਆ, ਕਿਉਂਕਿ ਉਸਦੇ ਨਾਲ ਆਵਾਜਾਈ ਬਹੁਤ ਘੱਟ ਹੁੰਦੀ ਹੈ। ਆਵਾਜਾਈ ਘੱਟ ਹੋਣ ਦੇ ਕਾਰਨ ਕਾਫੀ ਹਾਦਸਿਆਂ ਤੋਂ ਬਚਾਅ ਰਿਹਾ, ਪਰ ਲੇਕਿਨ ਇਸ ਨੂੰ ਲੈ ਕੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੈ ਉਹ 20 ਤਾਰੀਖ ਤੱਕ ਜੋ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਇਸ ਬੇਮੌਸਮੀ ਬਰਸਾਤ ਪੈ ਸਕਦੀ ਹੈ। ਠੀਕ ਹੈ ਗੌਤਮ, ਤੁਸੀਂ ਬਣੇ ਰਹੋ ਸਾਡੇ ਨਾਲ, ਐਸਪੀ ਵੀ ਜੁੜੇ ਹੋਏ ਨੇ ਮੋਹਾਲੀ ਤੋਂ। ਐਸਪੀ, ਮੋਹਾਲੀ ਦਾ ਮੌਸਮ ਦਾ ਮਿਜਾਜ਼ ਕੀ ਹੈ ਇਸ ਵਕਤ? ਬਿਲਕੁਲ ਜਸਮੀਤ, ਜਿਹੜਾ ਕਿ ਦੱਸ ਦਈਏ ਕਿ ਆਹ ਮੀਂਹ ਤੋਂ ਬਰਸਾਤ ਤੋਂ ਦੋ ਜਿਹਨਾਂ ਨੂੰ ਜਿਹੜਾ ਪ੍ਰਭਾਵਿਤ ਕੀਤਾ ਹੈ ਮੀਂਹ ਨੇ, ਇੱਕ ਤਾਂ ਆਮ ਲੋਕ ਨੇ, ਆਮ ਲੋਕ ਉਹ ਨੇ ਜਿਹੜੇ ਕਿ ਜਿਹੜੇ ਡੇਲੀ ਰੂਟੀਨ ਦੇ ਵਿੱਚ ਇੰਪਲਾਈਜ਼ ਨੇ ਡਿਊਟੀਆਂ 'ਤੇ ਜਾਂਦੇ ਨੇ, ਉਹਨਾਂ ਦੇ ਜੀਵਨ ਦੇ ਵਿੱਚ ਖੁਸ਼ਹਾਲੀ ਆਈ ਹੈ, ਕਿਉਂਕਿ ਟੈਂਪਰੇਚਰ ਪਿਛਲੇ ਦਿਨ ਤੁਸੀਂ ਦੇਖ ਸਕਦੇ ਸੀ ਕਿ 42 ਤੋਂ ਲੈ ਕੇ 43 ਦੇ ਨੀਅਰ ਅਬਾਊਟ ਟੈਂਪਰੇਚਰ ਹੋ ਗਿਆ ਸੀ। ਹੁਣ ਹਲਕੀ ਜਿਹੀ ਬਰਸਾਤ ਪੈਣ ਦੇ ਕਾਰਨ ਆਹ ਟੈਂਪਰੇਚਰ 30 ਦੇ ਨੇੜੇ ਤੇੜੇ ਪੁੱਜਦਾ ਨਜ਼ਰ ਦਿਖਾਈ ਦਿੰਦਾ ਹੈ। ਤੇ ਉੱਥੇ ਹੀ ਕਿਤੇ ਨਾ ਕਿਤੇ ਕਿਸਾਨਾਂ ਦੀ ਜੇ ਗੱਲ ਕਰੀਏ, ਜਿਵੇਂ ਮੇਰੇ ਸਹਿਯੋਗੀ ਗੌਤਮ ਨੇ ਦੱਸਿਆ ਕਿ ਕਿਸਾਨਾਂ ਨੂੰ ਕਾਫੀ ਮੁਸ਼ਕਿਲ ਆ ਰਹੀ ਹੈ। ਮੈਂ ਆਪਣੇ ਇਲਾਕੇ ਦੇ ਕਿਸਾਨਾਂ ਦੀ ਗੱਲ ਕਰਾਂ ਤਾਂ ਇੱਥੇ ਮੰਡੀਆਂ ਦੇ ਵਿੱਚ ਜਿਹੜੀ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ, ਜਿਹੜੇ ਕਣਕ ਦੇ ਵੱਡੇ ਵੱਡੇ ਅੰਬਾਰ ਲੱਗੇ ਹੋਏ ਨੇ, ਲਿਫਟਿੰਗ ਨਾ ਹੋਣ ਕਾਰਨ ਉਹ ਬਰਸਾਤ ਦੇ ਵਿੱਚ ਕਣਕ ਭਿੱਜ ਰਹੀ ਹੈ, ਤੇ ਨਾ ਪ੍ਰੋਪਰ ਪ੍ਰਬੰਧ ਹੈ, ਨਾ ਕੋਈ ਉੱਥੇ ਤਰਪਾਲਾਂ ਨੇ, ਨਾ ਕੁਛ ਨੇ ਜਿਹੜੀ ਕਣਕ ਨੂੰ ਢੱਕਣ ਵਾਸਤੇ, ਤਾਂ ਕਰਕੇ ਕਾਫੀ ਨੁਕਸਾਨ ਕਿਸਾਨਾਂ ਦਾ ਵੀ ਹੋ ਰਿਹਾ ਆ। ਇਸ ਕਰਕੇ ਜਿਹੜੀ ਸਭ ਤੋਂ ਵੱਡੀ ਚਿੰਤਾਪੂਰਕ ਜਿਹੜੀ ਬਰਸਾਤ ਹੈ, ਖਬਰ ਆ ਬਰਸਾਤ ਦੀ, ਉਹ ਕਿਸਾਨਾਂ ਦੇ ਲਈ ਆ, ਪਰ ਲੇਕਿਨ ਜਿਹੜੀ ਆਮ ਲੋਕਾਂ ਲਈ ਜਿਹੜੀ ਖੁਸ਼ਹਾਲੀ ਦੀ ਖਬਰ ਆ, ਜਿੱਥੇ ਪਿੱਛੇ ਜਿਹੜੇ ਆਮ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਸਨ ਟੈਂਪਰੇਚਰ ਨੂੰ ਦੇਖਦੇ ਹੋਏ। ਰੇਸ਼ਮਾ ਵੀ ਜੁੜੇ ਹੋਏ ਨੇ, ਹਿਮਾਚਲ ਦਾ ਵੀ ਹਾਲ ਜਾਣਾਂਗੇ। ਰੇਸ਼ਮਾ, ਹਿਮਾਚਲ ਦੇ ਵਿੱਚ ਕਿਸ ਤਰ੍ਹਾਂ ਦਾ ਹਾਲ ਹੈ, ਮੌਸਮ ਦਾ ਮਿਜਾਜ਼ ਕੀ ਹੈ? जी, मैं आपको बताना चाहूंगी कि जिस तरह से पिछले कल हिमाचल प्रदेश के बहुत से ऐसी जगह रही है जहां पर हल्की बारिश दर्ज की गई है, आज की अगर मैं आपको जानकारी दूं, फिलहाल शिमला में यहां पर बारिश हो रही है, देर रात से रुक रुक कर जो बारिश है यहां पर
दर्ज की जा रही है, जिसकी वजह से हिमाचल प्रदेश में जो टेम्परेचर है एक बार फिर से कम हो गया है। पिछले कल काफी ज्यादा हम कह सकते हैं कि उमस हो गई थी, जो मैक्सिमम टेम्परेचर है शिमला का वो 25 तक पहुंच गया था, लेकिन देर शाम जैसे ही बारिश शुरू हुई है उसके बाद धीरे धीरे जो तापमान है वो गिरना शुरू हो गया है और अभी के समय में यहाँ पर हम कह सकते हैं कि ठंडी हवा चल रही है, जिसकी वजह से हल्की जो ठंड है यहाँ पर जरूर हो गई है। आने वाले दिनों की अगर मैं आपको जानकारी दूँ तो 48 घंटे के लिए ऑरेंज अलर्ट जारी किया गया है मौसम विभाग की ओर से, जिसकी वजह से हिमाचल प्रदेश के अधिकतर जो क्षेत्र है वहां पर इसका असर देखने को मिलेगा। भारी बारिश, धुंध और ओलावृष्टि की जो चेतावनी है वो मौसम विभाग की ठीक तरफ है, से जारी ठीक की गई है। जी, 22 तारीख जी रेशमा, बहुत बहुत शुक्रिया सतेंद्र, तुहाडा भी बहुत बहुत धन्यवाद, गौतम तुहाडा भी बहुत बहुत शुक्रिया तमाम जानकारी देने दे लई। पंजाब दे विच मौसम दा मिजाज बदलिया, हिमाचल दे विच वी मौसम दा मिजाज बदलिया, आने वाले कुछ दिनों दे विच अजिहा ही बनिया रहने दी संभावना। Daily Post, Punjab, Haryana, Himachal, Journalism of Hope.